ਹਰਿਆਣਾ ਦੇ ਰਤੀਆ ਦੇ ਵਿੱਚ ਨਗਰਪਾਲਿਕਾ ਦੇ ਉੱਤੇ ਐਨਓਸੀ ਦੇ ਨਾਮ ਤੇ ਭ੍ਰਿਸ਼ਟਾਚਾਰ ਕਰਨ ਦੇ ਗੰਭੀਰ ਦੋਸ਼ ਲੱਗੇ ਨੇ। ਵਿਜੀਲੈਂਸ ਤੋਂ ਇਸ ਗੱਲ ਦੀ ਜਾਂਚ ਦੀ ਮੰਗ ਵੀ ਉਠਾਈ ਜਾ ਰਹੀ ਹੈ। ਦੱਸ ਦਈਏ ਕਿ ਰਤੀਆ ਦੇ ਵਿੱਚ ਲਗਾਤਾਰ ਵਿਕਸਿਤ ਹੋ ਰਹੀਆਂ ਅਵੈਧ ਕਲੋਨੀਆਂ ਨੂੰ ਲੈ ਕੇ ਲੋਕਾਂ ਦੇ ਵੱਲੋਂ ਇਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਸੀ, ਜਿਸ ਦੇ ਚੱਲਦਿਆਂ ਹੁਣ ਖੱਬੇ ਪੱਖੀ ਪਾਰਟੀਆਂ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਨਗਰ ਪਾਲਿਕਾ ਦੇ ਉੱਤੇ ਭ੍ਰਿਸ਼ਟਾਚਾਰ ਦੇ ਦੋਸ਼ ਲਗਾਉਂਦੇ ਹੋਏ ਵਿਜੀਲੈਂਸ ਤੋਂ ਇਸ ਮਾਮਲੇ ਦੀ ਜਾਂਚ ਦੀ ਮੰਗ ਉਠਾਈ ਜਾ ਰਹੀ ਹੈ। ਅੱਜ ਇਕੱਠਾ ਹੋਇਆ ਜੀ, ਕਿਆ ਪੂਰਾ ਮਾਮਲਾ ਹੈ, ਪੂਰੇ ਮਾਮਲੇ ਕੇ ਬਾਰੇ ਬਤਾਓ। ਪੂਰਾ ਮਾਮਲਾ ਇਹ ਹੈ ਜੀ, ਇਹ ਸਰਕਾਰ ਕੇ ਹੱਥਗੰਡੇ ਆ, ਉੱਚੇ ਹੱਥਗੰਡੇ ਜੋ ਸਰਕਾਰ ਕਰਵਾ ਰਹੀ ਹੈ। ਗ੍ਰੀਨ ਸਿਟੀ ਕੇ ਗ੍ਰੀਨ ਕਲੋਨੀ ਕੱਟੀ ਇਹਨਾਂ ਨੇ, ਜਿਸ ਕੀ ਇਹ ਐਨਓਸੀ ਲੈਣੇ ਕੇ ਲਈ ਪੈਸੇ ਮੰਗਦੇ ਹੈ। ਨਗਰ ਪਾਲਿਕਾ ਮੈਂ ਕਰੋੜੋਂ ਰੁਪਏ ਕਾ ਭ੍ਰਿਸ਼ਟਾਚਾਰ ਹੈ, ਵੋ ਸਰਕਾਰ ਕੀ ਸ਼ਹਿ ਕੇ ਉੱਪਰ ਹੈ, ਜਿਸਕੋ ਸਭ ਸਰਕਾਰ ਕਾ ਕਾਮ ਹੈ, ਹਿੱਸਾ ਪੱਤੀ ਉੱਪਰ ਤੱਕ ਜਾਤਾ ਹੈ। ਹਮ ਮੰਗ ਕਰਤੇ ਹੈ ਸਰਕਾਰ ਸੇ, ਅਗਰ ਹਮਾਰੀ ਮੰਗ ਪੂਰੀ ਨਹੀਂ ਹੋਈ ਤੋ ਹਮ ਨਗਰ ਪਾਲਿਕਾ ਕੇ ਬਾਹਰ ਧਰਨੇ ਪੇ ਬੈਠੇਂਗੇ। ਕਾਂਗਰਸ ਪਾਰਟੀ ਕੀ ਤਰਫ ਸੇ ਹਮ ਨਗਰ ਪਾਲਿਕਾ ਮੇ ਧਰਨੇ ਮੇ ਕਿਵੇਂ ਬੈਠੇਂਗੇ, ਜਿਸਕੇ ਅੰਦਰ ਸਭੀ ਸਮਾਜ ਕੋ ਸਾਥ ਲੈ ਕੇ ਚਲੇ। ਜੋ ਇਹ ਧਾਂਦਲੀ ਹੋ ਰਹੀ ਹੈ, ਇਹ ਕਿਤਨੀ ਧਾਂਦਲੀ ਹੋ ਰਹੀ ਹੈ ਔਰ ਕੈਸੇ ਹੋ ਰਹੀ ਹੈ ਔਰ ਕੌਣ ਕੌਣ ਕਰ ਰਿਹਾ ਜੀ? ਲਗਭਗ ਜੀ ਪ੍ਰਸ਼ਾਸਨ ਹੀ ਕਰਵਾ ਰਿਹਾ ਜੀ, ਸੈਕਟਰੀ ਹੈ, ਬੀਚ ਮੇ ਇੱਕ ਦੋ MCB ਵੀ ਹੈ, ਸਭੀ ਰਲ ਮਿਲ ਕੇ 8-9 ਕਰੋੜ ਕੀ ਧਾਂਦਲੀ ਹੋ ਚੁੱਕੀ ਹੈ। ਯਾਨੀ ਜੋ ਕਲੋਨੀ ਹੈ, ਕਲੋਨੀ ਕਾ ਅਪਰੂਵਲ ਦੇ ਰਹੇ ਹੈ, ਕਲੋਨੀ ਕੇ ਨਾਮ ਪੇ, ਜੋ ਕਲੋਨੀ ਹੈ ਨਹੀਂ, ਕਲੋਨੀ ਕੇ ਨਾਮ ਪੇ ਇਹ NOC ਦੇਤੇ ਹੈ। ਵਿਵਸਥਾ ਕਾ ਬੁਰਾ ਹਾਲ ਹੈ, ਕੋਈ ਕਾਮ ਨਹੀਂ ਹੋ ਰਿਹਾ, ਬਜ਼ੁਰਗ ਆਦਮੀ ਧੱਕੇ ਖਾ ਰਹੇ ਹੈ, ਕਿਸੀ ਕੀ ਪੈਨਸ਼ਨ ਕਾਰਡ ਰੱਖੀ ਹੈ, ਕਿਸੀ ਕਾ ਕੁਛ ਕਰ ਰੱਖਾ ਹੈ। ਅਭੀ ਇਹ ਜੋ ਰਾਸ਼ਨ ਕਾਰਡ ਕਾ ਮੁੱਦਾ ਆਇਆ ਜੀ, ਰਾਸ਼ਨ ਕਾਰਡ ਬਹੁਤ ਕੱਟ ਗਏ ਲੋਕੋ, ਕਿਸਕੇ ਬਾਰੇ ਮੇਂ ਕਿਆ ਕਹੇਂਗੇ? ਉਸਕੇ ਬਾਰੇ ਮੇਂ ਯਹੀ ਹੈ ਜੀ, ਸਰਕਾਰ ਅਣਗਹਿਲੀ ਕਰ ਰਹੀ ਹੈ, ਸਰਕਾਰ ਕਾ ਕੋਈ ਧਿਆਨ ਨਹੀਂ ਹੈ। ਆਪਣੇ ਵਿਧਾਇਕ ਜੀ ਯਾ ਸ਼ਹਿਰ ਮੇਂ ਹੋਤੇ ਨਹੀਂ, ਬਾਹਰ ਚਲੇ ਜਾਤੇ ਹੈ, ਕਾਮ ਕੀ ਤਰਫ ਕਿਸੀ ਕਾ ਕੋਈ ਧਿਆਨ ਨਹੀਂ ਹੈ। ਆਪ ਕਿਆ ਚਾਹਤੇ ਹੋ ਜੀ? ਵਿਜੀਲੈਂਸ ਸੇ ਜਾਂਚ ਹੋ ਜੀ, ਅਗਰ ਨਹੀਂ ਹੋਈ ਤੋ ਹਮ ਹਾਈ ਕੋਰਟ ਮੇਂ ਜਾਏਂਗੇ। ਕਿਆ ਨਾਮ ਆਪਕਾ? ਅਮਰਦੀਪ ਸਿੰਘ ਬਰਾੜ ਜੀ। ਅੱਛਾ, ਕਿਆ ਮਾਮਲਾ ਜੀ? ਮਾਮਲਾ ਯੇ ਹੈ ਜੀ, ਆਜ ਹਮੇ ਸਰਵ ਸਮਾਜ ਕੀ ਮੀਟਿੰਗ ਰੱਖੀ ਹੈ, ਯਹਾਂ ਪਰ ਓਮ ਪ੍ਰਕਾਸ਼ ਖਾਈਵਾਲਾ ਜੀ ਹਮਾਰੇ ਵਰਿਸ਼ਠ ਕਾਂਗਰਸੀ ਨੇਤਾ ਹੈ, ਉਨਕੇ ਕਾਰਿਆਲਿਆ ਮੇਂ ਔਰ ਸਭੀ ਪਾਰਟੀਆਂ ਯਹਾਂ ਪਰ ਇਕੱਤਰ ਹੋਈ ਹੈ, ਸਭੀ ਇਕੱਠੇ ਹੋਏ ਹੈ, ਚਾਹੇ ਆਮ ਆਦਮੀ ਪਾਰਟੀ ਹੈ, ਚਾਹੇ ਨੈਲੋ ਹੈ, ਚਾਹੇ ਕਾਂਗਰਸ ਹੈ, ਕਿਉਂਕਿ ਇਹ ਮੁੱਦਾ ਕਿਸੀ ਇੱਕ ਪਾਰਟੀ ਕਾ ਨਹੀਂ ਹੈ, ਇਹ ਮੁੱਦਾ ਸਾਰੇ ਰਤੀਆ ਸ਼ਹਿਰ ਕਾ ਹੈ, ਸਾਰੇ ਰਤੀਆ ਸ਼ਹਿਰ ਵਾਸੀਓਂ ਕਾ ਹੈ, ਔਰ ਸਭੀ ਇਸ ਜੋ ਮੁੱਦੇ ਸੇ ਹੈ, ਸਾਰੀ ਜਨਤਾ ਇਸੇ ਤ੍ਰਸਤ ਹੈ, ਸਾਰੀ ਜਨਤਾ ਕੋ ਇਸੇ ਪਰੇਸ਼ਾਨੀ ਹੈ। ਜੈਸੇ ਕਿ ਅਭੀ ਬਤਾਇਆ ਸਭੀ ਨੇ ਕਿ ਕੋਈ ਵੀ ਪਹਿਲੇ ਪੈਸੇ ਇਕੱਠੇ ਲੈ ਕਰਕੇ ਕੋਈ ਗਰੀਬ ਆਦਮੀ ਪਲਾਟ ਖਰੀਦਤਾ ਹੈ, ਉਸਕੇ ਬਾਅਦ ਜਬ ਉਸਨੇ ਮਕਾਨ ਡਾਲਨਾ ਹੋਤਾ ਵੋ NOC ਲੈਣੇ ਜਾਤਾ ਹੈ, ਤੋ ਵੋ ਉਸਸੇ ਦਲਾਲੀ ਮੰਗਤੇ ਹੈ, ਕਮੇਟੀ ਕੇ ਕਾਰਿਆਲਿਆ ਮੇਂ ਜੋ ਦਲਾਲ ਬਿਠਾ ਰੱਖੇ ਹੈ, ਵੋ ਉਸਸੇ ਦਲਾਲੀ ਮੰਗਤੇ ਵੀ ਹਮੇਂ ਦਲਾਲੀ ਦੋ, ਜੋ ਦਲਾਲੀ ਦੇ ਦਿੱਤਾ ਹੈ ਉਸਕੋ NOC ਮਿਲ ਜਾਤੀ ਹੈ, ਔਰ ਜਿਸ ਗਰੀਬ ਆਦਮੀ ਕੇ ਪਾਸ ਲੋਨ ਲੈ ਕੇ ਜਾਂ ਕਿਸੇ ਮੰਗਤਾ ਕੇ ਦੋ ਆਪਣਾ ਘਰ ਡਾਲਨੇ ਕੀ ਕੋਸ਼ਿਸ਼ ਕਰਤਾ ਹੈ, ਵੋ ਦਲਾਲੀ ਦੇ ਨਹੀਂ ਪਾਤਾ, ਔਰ ਉਸਕੇ ਕਾਗਜ਼ ਪੇ ਵੋ ਅਵੈਧ ਕਲੋਨੀ ਲਿਖ ਕੇ ਉਸਕੋ ਵਹਾਂ ਸੇ ਬਾਹਰ ਨਿਕਾਲ ਦੇਤੇ ਹੈ। ਔਰ ਜੋ ਸੱਚਾਈ ਇਹ ਹੈ ਕਿ ਜੋ ਜਿਸ ਜਿਨ ਵੀ ਕਲੋਨੀਓ ਕਾ ਨਾਮ ਲਿਆ ਜਾ ਰਿਹਾ ਹੈ, ਇਸ ਨਾਮ ਕੀ ਕੋਈ ਕਲੋਨੀ ਨਹੀਂ ਹੈ, ਨਾ ਪਹਿਲੇ ਥੀ ਨਾ ਆਗੇ ਹੈ, ਲੇਕਿਨ ਕਾਰਿਆਲਿਆ ਰਤੀਆ ਕਮੇਟੀ ਕਾਰਿਆਲਿਆ ਕੀ ਤਰਫ ਸੇ ਜੋ ਮਿਲੀ ਭਗਤ ਹੈ ਇੱਕ ਸਭੀ ਕੀ, ਉਸਮੇ
कई एमसी भी हैं जैसा सुनने को मिला है, और अधिकारी तो उसमें सम्मिलित ही हैं क्योंकि बिना अधिकारियों के कोई भी धांधली हो नहीं सकती, और उनकी उनकी हाथ के नीचे ही ये धांधली हो रही है। और जैसे कि हमारे जो शहर के चेयरमैन हैं उनके भाई भी हमारे साथ बैठे हैं, तो इनको तो बोल रहे हैं भी मीटिंगों में नहीं जाने दिया जा रहा, तो ये एक प्रकार से लोकतंत्र की भी हत्या है। हमारा देश सारे विश्व में लोकतंत्र का प्रतीक है, और हमारे लोकतांत्रिक देश में एक चुने हुए चेयरमैन को मीटिंग में नहीं बैठने दिया जाता, इससे बड़ी घिनौनी या इससे बड़ी हमारे लोकतंत्र की बेइज्जती इससे बड़ी नहीं हो सकती। इसकी तरफ सरकार को ध्यान देना चाहिए, अगर सरकार इसकी तरफ ध्यान नहीं देगी तो हम सभी हमारे किसी पार्टी का पार्टियों का कोई एक दूसरे से दुश्मनी नहीं होती, हमारी वैचारिक भेदभाव होते हैं एक दूसरे से, और वो हमेशा रहेंगे भी, वो इकट्ठे होने वाले वो वैचारिक भेदभाव हम सब में रहेंगे हमेशा। लेकिन इस मुद्दे पर हम सभी पार्टियों के जो नेता हैं हम इकट्ठे होके इसके खिलाफ, हमें शहर बंद करना पड़े, जिला बंद करवाना पड़े, कार्यालय नगर पालिका का बंद करवाना पड़े, किसी भी हद तक जाना पड़े, हाई कोर्ट जाना पड़े, हम पीछे नहीं हटेंगे। ये हमारी सरकार को चेतावनी है, सभी की तरफ से चेतावनी समझे सरकार इसको, कि इस पर जल्द से जल्द अगर कोई कार्रवाई नहीं की गई तो फिर सरकार को और कमेटी कार्यालय जो अधिकारी हैं सभी को पछताना पड़ेगा, क्योंकि अब हम बता रहे हैं उसके बाद असुविधाएं होंगी, शहर बंद होगा, दुकानें बंद होंगी, लोग भी परेशान होंगे, सरकार भी परेशान होगी। इतना लंबा ये ना जाए, हमारी जायज मांगे हैं सभी की, इन मांगों को पूरा किया जाए, जो इसमें दोषी हैं उन पर कार्रवाई की जाए, और जो लोगों की जरूरत है उसको पूरा किया जाए। आपका गगनदीप जी, अच्छा क्या मामला है जो आज आप इकट्ठे हुए कि प्रेस वार्ता रखी गई है? असी जी 306-15 नंबर किले की NOC लेनी सी, असी जो NOC खातर एप्लीकेशन लिखी जी इन्हों एप्लीकेशन, तो इन्होंने सानू लिखता जी भी यह तोड़ा रकबा अवैध है, 306-15 नंबर किला जी आ सर्टिफाइड कॉपी साढ़े भी हैगी जी हरेक चीज़ की। उदू बाद जी इन्होंने की करा एक 306-15 की NOC दे रखी है जी, जड़ा बंदा इन्हों रिश्वत दिता है जी उन्होंने तो यह रिश्वत लैके NOC दे देंगे है, जोड़ा कोई नहीं दिता है उन्होंने यह देंदे नहीं है, आ NOC दे रखी है जी, आह अवैध लिख रखे पहला सानू, आह अवैध लिख रखे जी। एक जी रतीए कोई ग्रीन नाम की कलोनी है नहीं, इन्होंने लखों NOC ग्रीन कलोनी के नाम से अपनी मर्जी ना कोई कलोनी बना के रिश्वत ले आते हैं जी, नजायज काम करी आते हैं जी। तो इसको लेकर क्या आपने आला अधिकारी संबंधित विभाग को कोई गुहार लगाई है इस मामले में? असी जी DC साहब नू भेजी चिट्ठी जी, एप्लीकेशन लाई जी, ADC साहब नू भेजी जी, लेकिन कोई भी गौर नहीं कर रहा। चीफ सैकटरी तक भेजती जी हरियाणा सरकार ने। यानी मुख्य कारण की मन्या जावे जिहड़ी इह धांधली हो रही है तुहाडे कहिण दा मतलब है? इह जी बात रिश्वत है जी, भ्रष्टाचार हो रहा है जी, पैसे भालदे ने जी, 9 करोड़ रुपया इकट्ठा कर लिया जी सैकटरी रतीए ने जी, हुण पता नहीं जी कड़े कड़े दलाल इकट्ठे हो रहे ने, सारे इन्हां ने आपदे दलाल छड्डे होए ने जी, प्राइवेट बंदे ਉਹ ਲਿਆਉਂਦੇ ਨੇ ਜੀ ਲੋਕਾਂ ਤੋਂ, ਗਰੀਬ ਭੋਲੇ ਭਾਲੀ ਜਨਤਾ ਤੋਂ ਪੈਸੇ ਇਕੱਠੇ ਕਰ ਇਹਨਾਂ ਨੂੰ ਦਈ ਜਾਂਦੇ ਨੇ ਜੀ। ਜੀ ਗ੍ਰੀਨ ਕਲੋਨੀ ਕੀ ਬਾਤ ਕਰ ਰਹੇ ਹੋ, ਉਹ ਪੂਰਾ ਮਾਮਲਾ ਕਿਆ ਹੈ? ਗ੍ਰੀਨ ਕਲੋਨੀ ਜੀ ਵੈਧ ਤੇ ਵੈਧ ਦੇ ਵਿੱਚ ਕਿਤੇ ਹੈ ਨਹੀਂ ਜੀ, ਗ੍ਰੀਨ ਕਲੋਨੀ ਦੀ NOC ਦੇ ਰੱਖੀਆਂ ਜੀ ਇੰਨੀਆਂ, ਗ੍ਰੀਨ ਕਲੋਨੀ ਸਾਨੂੰ ਦੱਸਤਾ ਦੇਣ ਵੀ ਗ੍ਰੀਨ ਕਲੋਨੀ ਕਿਹੜੀ ਹੈ ਜਿਹਦੀ NOC ਦੇਈ ਜਾਂਦੇ ਨੇ? ਗ੍ਰੀਨ ਕਲੋਨੀ ਨਹੀਂ ਜੀ ਕਿਤੇ ਕਲੋਨੀ, ਯਾਨੀ ਆਪਕੇ ਕਹਿਣੇ ਕਾ ਮਤਲਬ ਹੈ ਵੀ ਕੋਈ ਕਲੋਨੀ ਨਹੀਂ ਹੈ, ਮਿਲੀ ਵਕਤ ਕੇ ਕਾਰਨ ਵੀ ਇਹ ਜੋ ਹੈ ਸਭ ਧਾਂਧਲੀ ਚੱਲ ਰਹੀ ਹੈ? ਹਾਂ ਯਹੀ ਹੈ ਜੀ, ਸਾਰਾ ਰਿਕਾਰਡ ਹੈ ਹਮਾਰੇ ਪਾਸ, ਗ੍ਰੀਨ ਕਲੋਨੀ ਕਾ ਪਾਰਟ 1, 2, 3 ਐਸੇ ਕਰਕੇ NOC ਜਾਰੀ ਕਰ ਰਹੇ ਹੈ ਜੀ। ਇਹ ਧਾਂਧਲੀ ਕੌਣ ਕੌਣ ਮਿਲ ਕੇ ਕਰ ਰਿਹਾ ਹੈ? ਇਹ ਹੈ ਜੀ ਨਗਰ ਪਾਲਿਕਾ ਸਾਰੇ ਅਧਿਕਾਰੀ ਜੋ ਇਹਨਾਂ ਨੇ ਪ੍ਰਾਈਵੇਟ ਬੰਦੇ ਛੋੜ ਰੱਖੇ ਹੈ ਜੀ, ਜੋ ਦਲਾਲ ਹੈ ਜੀ ਪ੍ਰਾਈਵੇਟ ਬੰਦੇ ਇਨਕੇ,
जिनको सारा पता है जी कौन कौन दलाल है इनके। तो इसको लेकर आप आगे की रणनीति क्या रहेगी? हमारा तो जी विजिलेंस जांच हो जी, इसकी विजिलेंस जांच हो, इनका रिकॉर्ड सारा जांचा जाए, सारा रिकॉर्ड सारी जनता के सामने आ जाएगा जी जब विजिलेंस जांच होगी, नगर पालिका की विजिलेंस जांच हो सारे रिकॉर्ड की जी, सारा पता लग जाएगा भी क्या सही है क्या गलत है जी। अब फील्डगंज कलोनी का नक्शा अप्रूव है जी, सानू इन्ना नहीं दिता है जी, ऐसे दे विच नंबर है, ऐसे दे विच नंबर है जी, नक्शे दे विच हैगा जी, लेकिन पैसे दे दिए तां वैलिड है, जे ना पैसे दिए तां अनवैलिड है जी। किन्ने के पैसे दी डिमांड कीती जांदी है? मैं तुहानू दस्सी दिंदा जी, 9 करोड़ रुपया इन्हां ने इकट्ठा कर लिया जी, घट्टो घट 10 करोड़ भी हो सकदा है जी, जिथे भी इन्हां दे डरा डरा के लोकां तों रुपये लैंदे नहीं जी, भोली भाली जनता है जी, लोकां नूं पता नहीं हैगा जी भी कित्थे आपां गुहार लाईए ना लाईए, मैं लाई जी मेरी कितें सुनवाई नहीं हुई, चीफ सैकटरी हरियाणा सरकार तक मैं लाती जी दरखास्तां, सारा कुछ मेरे लई पिया जी। सुट्टदे भी कुछ मंगिया गया सी? ਸਾਡੇ ਤੋਂ ਤਾਂ ਇਹਨਾਂ ਨੇ ਅਵੈਧ ਲਿਖ ਕੇ ਦਿੱਤਾ ਨਾ ਜੀ, ਜਦੋਂ ਅਸੀਂ ਦਿੱਤਾ ਨਹੀਂ, ਸਾਡੇ ਤੋਂ ਮੰਗੇ ਜੀ ਰੁਪਈਆ ਇਹਨਾਂ ਨੇ, ਜੋ ਮੰਗੇ ਪੈਸੇ ਤਾਂ ਅਸੀਂ ਦਿੱਤੇ ਨਹੀਂ, ਸਾਨੂੰ ਅਵੈਧ ਲਿਖਤਾ ਜੀ, ਉਹ ਤਾਂ ਮੈਂ ਸਾਰਾ ਦੇ ਦੂੰ ਜੀ ਡਿਟੇਲ, ਤਾਂ ਸਾਰਾ ਰਿਕਾਰਡ ਦੇ ਦੂੰਗਾ, ਆਹ ਸਾਰਾ ਸਾਹਮਣੇ ਪਏ ਹੀ ਹੈ ਜੀ, ਮੋਹਰਾਂ ਲੱਗੀਆਂ ਹੋਈਆਂ, ਇਸ ਤੋਂ ਉੱਤੇ ਰਿਕਾਰਡ ਹੋਰ ਕੀ ਦਊਂਗਾ ਜੀ ਮੈਂ, ਆਹ ਦੇਖੋ 306 ਦਾ ਧਿਆਨ ਨਾਲ ਦੇਖੋ ਜੀ, ਇਹਨੂੰ ਕਰੋ ਜੀ ਕੈਮਰਾ ਉਹਦੇ ਨੇੜੇ, 306 ਦਾ ਦੇਖੋ ਜੀ 15 ਨੰਬਰ ਕਿੰਨੀ ਗ੍ਰੀਨ ਕਲੋਨੀ, ਆਹ ਦੇਖੋ ਜੀ ਲੋਕਲ ਨੋ ਡਿਊ ਸਰਟੀਫਿਕੇਟ, ਆਹ ਇਹਨਾਂ ਦੀ ਜਾਂ ਮੋਹਰ ਲੱਗੀ ਹੈ ਸੈਕਟਰੀ ਸਾਹਿਬ ਦੀ, ਸਾਈਨ ਨੇ ਸੈਕਟਰੀ ਦੀ ਮੋਹਰ ਲੱਗ ਰਹੀ ਹੈ, ਸਾਈਨ ਹੋ ਰਹੇ ਨੇ ਜੀ, ਆਹ 306 ਦੇ 15 ਨੰਬਰ ਕਿਲੇ ਦੀ ਦੇ ਰੱਖੀ ਹੈ ਜੀ, ਅਤੇ ਜਿਹੜਾ ਇਹ ਨੰਬਰ ਕਿਲਾ ਅਵੈਧ ਖੇਤਰ ਮੇ ਪੜਤਾ ਹੈ ਵੀ, ਜਦੋਂ ਅਵੈਧ 'ਚ ਪੜਦਾ ਹੈਗਾ ਫਿਰ ਤੁਸੀਂ ਦੇ ਕਿਵੇਂ ਦਿੱਤੀ? ਇਸੇ ਅੱਗੇ ਕੀ ਆਪਣੀ ਰਣਨੀਤੀ ਕਿਆ ਰਹੇਗੀ ਜੀ? ਉਦੋਂ ਬਾਅਦ ਆ ਦੇਖੋ ਜੀ ਸਾਡੇ ਲਈ ਆਹ 4 ਤਰੀਕ ਨੂੰ ਇਹਨਾਂ ਨੇ, ਜਦੋਂ ਮੈਂ ਪਹਿਲਾਂ ਵੀ ਇੱਕ ਪ੍ਰੈਸ ਕਾਨਫਰੰਸ ਕਰੀ ਹੈਗੀ, 4 ਤਰੀਕ ਨੂੰ ADC ਸਾਹਿਬ ਨੇ ਮੈਨੂੰ ਭੇਜਤਾ ਇੱਕ ਲੈਟਰ ਜੀ ਵੀ ਤੁਸੀਂ ਜਾਂਚ 'ਚ ਸ਼ਾਮਲ ਹੋ, ਅਸੀਂ ਉਹਦਾ ਜਵਾਬ ਵੀ ਖੈਰ ਦੇਤਾ ਵਟਸਐਪ 'ਤੇ ਪਵਾਤਾ ਜੀ, ਪਹਿਲਾਂ 2 ਨੰਬਰ ਨੇ ਜੀ ਇਹਨਾਂ ਤੋਂ ਮੈਨੂੰ ਵਟਸਐਪ ਪਵਾਤਾ ਇਹਨਾਂ ਨੇ, ਜਦੋਂ ਮੈਂ ਇਹਨਾਂ ਨੂੰ ਕਹਿੰਦਾ ਮੈਂ ਤੁਹਾਡੀ ਜਾਂਚ ਤੋਂ ਸੰਤੁਸ਼ਟੀ ਨਹੀਂ ਹੈਗਾ, ਮੈਨੂੰ ਕਾਹਦੇ ਖਤਰੇ ਬੁਲਾਉਂਦੇ ਨੇ ਜੀ, ਜਦੋਂ ਮੈਂ ਇੱਥੇ ਲਿਖਤਾ ਵੀ ਇਹਦਾ ਜੋ ਵੀ ਉੱਤਰ ਤੁਹਾਨੂੰ ਅਸੀਂ ਭੇਜਤਾ, ਅਸੀਂ ਇਹਨਾਂ ਤੋਂ ADC ਸਾਹਿਬ ਤੋਂ ਅਸੀਂ ਇਹਨਾਂ ਤੋਂ ਜਾਂਚ ਨਹੀਂ ਕਰਵਾਉਣਾ ਚਾਹੁੰਦੇ ਜੀ, ਸਾਡੀ ਵਿਜੀਲੈਂਸ ਜਾਂਚ ਹੋਵੇ, ਜੋ ਸਾਡੀ ਮੰਗ ਆ ਉਹ ਪੂਰੀ ਕਰੀ ਜਾਵੇ। ਤੁਹਾਡੇ ਕਿਹਾ ਕਿੰਨੀ ਦਾਂਦਲੀ ਕਿੰਨੀ ਕੁ ਮੰਨੀ ਆ ਆਪਾਂ ਸ਼ਹਿਰ 'ਚ, ਕਿੰਨੀ ਕੁ ਦਾਂਦਲੀ ਹੋ ਰਹੀ ਹੋਊ? ਦਾਂਦਲੀ ਤਾਂ ਰੋਜ਼ ਕਰੀ ਜਾਂਦੇ ਨੇ ਜੀ, ਹੁਣ ਕਿਹੜਾ ਹਟਦੇ ਨੇ ਜੀ, ਰੋਜ਼ ਦਾ ਹੀ ਕੰਮ ਹੋ ਰਿਹਾ ਇਹਨਾਂ ਦਾ, ਰੋਜ਼ ਕਰੀ ਜਾਂਦੇ ਨੇ ਜੀ, ਰੋਜ਼ ਦਾ ਕੰਮ ਹੋ ਰਿਹਾ ਹੈਗਾ। ਕਿਹੜਾ ਗਿਣ ਕੇ ਦਿੱਤੇ ਜੀ ਉਹਨਾਂ ਨੂੰ? ਅੱਛਾ ਹੁਣ ਤੁਹਾਨੇ ਆਲਾ ਅਧਿਕਾਰੀ ਸੰਬੰਧਿਤ ਵਿਭਾਗ ਨੂੰ ਸ਼ਿਕਾਇਤ ਲਾਤੀ ਵੀ ਅੱਗੇ ਤੁਹਾਡੀ ਕੀ ਰਣਨੀਤੀ ਰਹੂਗੀ ਅਗਰ ਕਾਰਵਾਈ ਨਹੀਂ ਹੁੰਦੀ? ਕਾਰਵਾਈ ਨਹੀਂ ਹੁੰਦੀ ਜੀ, ਵਿਜੀਲੈਂਸ ਜਾਂਚ ਨਹੀਂ ਹੁੰਦੀ ਤਾਂ ਅਸੀਂ ਹਾਈਕੋਰਟ ਚੰਡੀਗੜ੍ਹ ਜਾਵਾਂਗੇ ਜੀ, ਅਸੀਂ ਉੱਥੇ ਜੋ ਹੈ ਕਾਰਵਾਈ ਕਰਾਂਗੇ, ਕਾਨੂੰਨੀ ਕਾਰਵਾਈ ਜੋ ਬਣਦੀ ਹੈ ਛੱਡਾਂਗੇ ਨਹੀਂ, ਬਖਸ਼ਾਂਗੇ ਨਹੀਂ ਇਹਨਾਂ ਨੂੰ, ਇਹਨਾਂ ਰੱਥੀ 'ਚ ਪੂਰਾ ਗੰਦ ਪਾ ਰੱਖਿਆ ਹੈਗਾ ਇਹ ਲੋਕਾਂ ਨੇ। ਇਹ ਅਪੀਲ ਕਰਦੇ ਹਾਂ ਵੀ ਜੇ ਕਿਸੇ ਤੋਂ ਹੋਰ ਤੋਂ ਰੁਪਈਏ ਮੰਗਦੇ ਨੇ, ਹੋਰ ਹੈ ਸਾਡੇ ਲਈ ਬਿਆਨ ਉਰੇ ਸਿੱਧੇ, ਜਿਨ੍ਹਾਂ ਤੋਂ ਲੈ ਰੱਖੇ ਜੀ, ਤੋਂ ਲੈ ਰੱਖੇ ਹੈ ਉਹ ਵੀ ਆਉਣ, ਕੋਸ਼ਿਸ਼ ਕਰਾਂਗੇ ਹੋਰ ਰੁਪਈਏ ਵੀ ਪੁੱਠੇ ਕਰਾਵਾਂਗੇ ਇਹਨਾਂ ਦੇ ਜਿਹੜੇ ਇਹਨਾਂ ਨੇ ਖਾਧੇ ਨੇ ਲੋਕਾਂ ਦੇ ਰੁਪਈਏ, ਯਾਨੀ ਪੂਰਾ ਸੰਘਰਸ਼ ਕੀਤਾ ਜਾਏਗਾ? ਹਾਂ ਪੂਰਾ ਸੰਘਰਸ਼ ਕਰਾਂਗੇ ਜੀ। ਲਾਈਵ ਤੇ ਇਸ ਚੈਨਲ ਦੇ ਲਈ ਰਵੀ ਗੋਇਲ ਦੀ ਵਿਸ਼ੇਸ਼ ਰਿਪੋਰਟ।